سرکار مدینہ صلی اللہ تعالی علیہ والہ وبارک وسلم مسجد نبوی شریف دے وچ تشریف لے کے جا رہے نے جتے جاندے نے جتے جاندے نے چلتے جاندے نے رستے دے اندر ایک ٹولا کھلوتے ہوندے چھری دا چون جڑا ٹولا کھلوتے ہوندے وہ آپ وچ گلاں پہ کردے نے مذاق پہ کردے نے دوجے نال مذاق کرتے پہنے تے ہستے پہنے کہتے مار کہتے پہنے سرکار نے مسل سب نہ رہی واج بار قسم مت کو کون پوچھے نے انہاں نو ہستے پہ کیا سرکار مدینہ سرور کو کسینا حضور کو کو شب یوم منجور احمد مصطفی حضرت سیدنا محمد مصطفی صلی اللہ تعالی علیہ والہ وبارک وسلم نے انہاں لوکاں نو کاٹ کر کے فرمایا او لوکو اگر تو پتہ چل جائے جو کہ میں جان رہا ہوں میں نو قسم رب سے دلا دے جیسے کہ رب کو چل دی جوان ہے جے تو پتہ چل جائے کہ اس دنیا دے تے ہسن دا کی ہوندے تے تسی کم ہسو گے زیادہ رو گے سرکار فرماتا جو کچھ میں جاننا تسی نہیں جان دے جو کچھ میں ویکھیا تسا نہیں ویکھیا جے تسی ویکھ لو گے تسی جان لو کہ سرکار دنیا ہسنا کتنا مہنگا بندر پہنتا ہے میرے دوست بزرگو سرکار مدینہ صلی اللہ تعالی وال بارک وسلم فرماتے ہیں کہ تسی اپنی موت نو یاد کیتا کرو اپنی موت نو یاد کیتا کرو چلتے ہیں پھرتے ہیں اٹھتے ہیں بندے ہیں جاگتے ہیں سوتے ہیں اپنی موت نو یاد کیتا کرو موت نو یاد کیتا کرو سرکار مدینہ صلی اللہ تعالی علیہ وال بارک وسلم نے فرمایا اکثر ذکر حاضر مل لذات موت سرکار مدینہ صلی اللہ تعالی علیہ وآلہ وسلم فرماتے ہیں اپنی موت کو زیادہ تو زیادہ یاد کیتا کرو زیادہ تو زیادہ یاد کیتا کرو کیونکہ جڑی ہے اے موت کو یاد کرنا تہاڈا دل دی خواہش جڑی ہے انہاں نو مٹا دیندی ہے جو کڑ دے دے اندر باغ بڑے پہنتے نے دنیا تے سنہری باغ ویکھ ویکھ کے کڑ دے دے ہتھاں دے نال وہ بڑ چکی ہوئی شہیدان نال ہوے گا لجپالا کرے سلام دسنا نو چار فرمایا کہ اے عائشہ کچھ لوگ ایسے ہیں جنہاں دا شرر جنہاں دا حشر شہیدان نال ہوے گا عرض کیتی سونے دس دیو او کہڑے لوگ نے سرکار مدینہ صلی اللہ تعالی علیہ والہ وسلم نے فرمایا
ਜਿਹੜੇ ਦੁਨੀਆਂ ਦੇ ਉੱਤੇ ਆਪਣੇ ਮਾਂ ਨੂੰ ਦਿਨ ਵਿੱਚ 20 ਵਾਰੀ ਯਾਦ ਕਰਦੇ ਨੇ। ਕਿੰਨੇ ਵਾਰੀ? 20 ਵਾਰੀ। ਅਜਿਹਾ ਵਰਗ ਹੈ, ਮੈਂ ਦੇਖਾਂ ਉਹਨੂੰ ਤਿਆਰ। ਸਰਕਾਰ ਫਰਮਾਉਂਦੇ ਨੇ ਕਿ ਜਿਹੜਾ ਬੰਦਾ ਦਿਨ ਦੇ ਵਿੱਚ ਆਪਣੀ ਮੌਤ ਨੂੰ 20 ਵਾਰੀ ਯਾਦ ਕਰੇ, ਕੱਲ ਕਿਆਮਤ ਵਾਲੇ ਰੋਜ਼ ਉਹਨਾਂ ਦਾ ਹਸ਼ਰ ਜਿਹੜੇ ਉਹ ਸ਼ਹੀਦਾਂ ਨਾਲ ਹੋਵੇਗਾ, ਸ਼ਹੀਦਾਂ ਨਾਲ ਹੋਵੇਗਾ। ਮੇਰੇ ਭਾਈ ਤਵਜੋ ਕਰ, ਜੇ ਸ਼ਹੀਦਾਂ ਨਾਲ ਉੱਠਣਾ ਚਾਹੁੰਦਾ ਹੈ, ਜਦੋਂ ਸ਼ਹੀਦਾਂ ਨੂੰ ਬੁਲਾਵਾ ਹੋਵੇਗਾ, ਸ਼ਹੀਦਾਂ ਨੂੰ ਹੁਕਮ ਹੋਵੇਗਾ ਕਿ ਆ ਜਾਓ ਮੇਰਾ ਦੀਦਾਰ ਕਰ ਲਓ, ਕਿਉਂਕਿ ਸ਼ਹੀਦਾਂ ਦਾ ਇਹ ਮਰਤਬਾ ਹੈ, ਉਹਨਾਂ ਨੂੰ ਅੱਲਾ ਦਾ ਦੀਦਾਰ ਹੋਵੇਗਾ ਬਿਲਖਸੂਸ, ਬਾਕੀਆਂ ਨੂੰ ਨਹੀਂ ਹੋਵੇਗਾ, ਲੇਕਿਨ ਸਭ ਤੋਂ ਪਹਿਲੇ ਸ਼ਹੀਦਾਂ ਨੂੰ ਹੋਵੇਗਾ। ਨਵੀਆਂ ਰਸੂਲਾਂ ਤੋਂ ਬਾਅਦ ਕਿਹਨਾਂ ਨੂੰ ਹੋਵੇਗਾ? ਸ਼ਹੀਦਾਂ ਨੂੰ ਹੋਵੇਗਾ। ਤੇ ਜਦੋਂ ਇਹ ਬੁਲਾ ਪਾਵੇਗਾ ਕਿ ਆ ਜਾਓ ਮੇਰਾ ਦੀਦਾਰ ਕਰ ਲਓ, ਵਿੱਚ ਉਹ ਵੀ ਦੋਨੋਂ ਹੋਣਗੇ, ਉਹਨਾਂ ਨੂੰ ਆਵਾਜ਼ ਮਿਲ ਜਾਵੇਗੀ, ਜਿਹੜੇ ਸ਼ਹੀਦ ਤੇ ਨਹੀਂ ਹੋਣਗੇ ਮੈਦਾਨੇ ਜਾ ਕੇ ਅੰਦਰ ਜੰਗ ਨਹੀਂ ਕੀਤੀ ਹੋਵੇਗੀ, ਕਾਫਰ ਨੂੰ ਕਤਲ ਤੇ ਨਹੀਂ ਕੀਤਾ ਹੋਵੇਗਾ, ਬਲਕਿ ਸਿਰਫ ਇਹ ਕੀਤਾ ਹੋਵੇਗਾ ਦੁਨੀਆਂ ਦੇ ਉੱਤੇ ਆਪਣੀ ਮੌਤ ਨੂੰ ਯਾਦ ਕਰਦੇ ਰਹੇ ਹੋਣਗੇ, ਆਪਣੇ ਮੌਤ ਨੂੰ ਯਾਦ ਕਰਦੇ 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 ਦੁਨੀਆਂ ਤੋਂ ਚਲੇ ਜਾਣਗੇ, ਉਹਨਾਂ ਨੂੰ ਇਹ ਆਵਾਜ਼ ਆਵੇਗੀ ਆ ਆਪਣੀ ਮੌਤ ਨੂੰ ਯਾਦ ਕਰਨ ਲੱਗ ਪਵੇ ਨਾ ਤੇ ਉਹ ਬੰਦਾ ਨਰਮ ਦਿਲ ਹੋ ਜਾਂਦਾ। ਕਿਵੇਂ? ਉਮਰ ਮੁਮਿਨੀਨ ਹਜ਼ਰਤ ਸੈਯਦਾ ਸਫੀਆ ਰਜ਼ੀ ਅੱਲਾਹ ਤਾਲਾ ਅਨਹਾ ਆ ਫਰਮਾਉਂਦੀਆਂ ਨੇ ਕਿ ਇੱਕ ਦਿਨ ਉਮਰ ਮੁਮਿਨੀਨ ਹਜ਼ਰਤ ਮਾਇਆ ਸਦੀ ਕਰਨ ਦੀ ਅੱਲਾਹ ਤਾਲਾ ਅਨਹਾ ਆਪ ਦੇ ਕੋਲ ਇੱਕ ਔਰਤ ਆਉਂਦੀ ਹੈ ਸ਼ਿਕਾਇਤ ਲੈ ਕੇ। ਆਪ ਕੇ ਅਰਜ਼ ਕਰਦੀ ਹੈ ਕਿ ਉਮਰ ਮੁਮਿਨੀਨ ਮੇਰਾ ਦਿਲ ਬੜਾ ਸਖਤ ਹੈ, ਕਿਸੇ ਤੇ ਰਹਿਮ ਨਹੀਂ ਹੁੰਦਾ, ਕਿਸੇ ਦੇ ਅਹਿਸਾਸ ਨਹੀਂ ਆਉਂਦਾ, ਬਲਕਿ ਦਿਲ ਇਹ ਕਰਦਾ ਹੈ ਕਿ ਲੋਕਾਂ ਨਾਲ ਜਿਹਦੇ ਨਾਲ ਵੀ ਬੋਲਾਂ ਸਖਤੀ ਨਾਲ ਬੋਲਾਂ, ਇੱਦਾਂ ਸਖਤ ਦਿਲ ਦੇ ਕੋਈ ਪਿਆਰ ਕਰੇ ਤਾਂ ਵੀ ਮੈਂ ਸਖਤੀ ਨਾਲ ਬੋਲਦੀ ਹਾਂ। ਜਦੋਂ ਤੋਂ ਬਾਅਦ ਮੁਮਿਨੀਨ ਅਮਾਇਸ਼ਾ ਸਦੀ ਕਰਦੀ ਅੱਲਾਹ ਤਾਲਾ ਨਾਲ ਫਰਮਾਉਂਦੀਆਂ ਨੇ ਆਪਣੇ ਮੌਤ ਨੂੰ ਯਾਦ ਕੀਤਾ ਕਰੋ, ਇਹਨਾਂ ਤੁਹਾਡਾ ਦਿਲ ਨਰਮ ਹੋ ਜਾਏਗਾ। ਤੇ ਉਹ ਜਿਹੜੀ ਔਰਤ ਹੈ ਉਸਨੇ ਆਪਣੀ ਮੌਤ ਨੂੰ ਕਸਰਤ ਨਾਲ ਯਾਦ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਮੌਤ ਨੂੰ ਕਸਰਤ ਨਾਲ ਸ਼ੁਰੂ ਕਰਨ ਯਾਦ ਕਰਨਾ ਸ਼ੁਰੂ ਕੀਤੇ ਤੇ ਕੁਝ ਦਿਨਾਂ ਤੋਂ ਬਾਅਦ ਅੰਮਾ ਜਸਦੀ ਕਰਦੀ ਅੱਲਾਹ ਤਾਲਾ ਦੀ ਬਾਰਗਾਹ ਦੇ ਅੰਦਰ ਆ ਕੇ ਕੀ ਕਰਦੀਆਂ ਨੇ? ਆ ਕੇ ਸ਼ੁਕਰੀਆ ਅਦਾ ਕਰਦੀਆਂ ਨੇ। ਔਰਤ ਕਹਿੰਦੀ ਹੈ ਕਿ ਅੰਮੀ ਜੀ ਤੁਹਾਡੀ ਬੜੀ ਮਿਹਰਬਾਨੀ, ਤੁਹਾਡਾ ਸ਼ੁਕਰੀਆ ਹੈ ਜਿਨ੍ਹਾਂ ਨੇ ਮੈਨੂੰ ਇਹ ਗੱਲ ਦੱਸੀ ਹੈ, ਮੈਂ ਮੌਤ ਨੂੰ ਸ਼ੁਰੂ ਕੀਤਾ ਯਾਦ ਕਰਨਾ ਤੇ ਮੇਰਾ ਦਿਲ ਨਰਮ ਹੋ ਗਿਆ, ਹੁਣ ਮੈਨੂੰ ਕੋਈ ਬੁਰਾ ਵੀ ਆ ਕਰਦਾ ਹੁਣ ਮੈਂ ਦੁਆ ਦਿੰਦੀ ਹਾਂ। ਕੀ ਕਰਨੀ ਆ? ਦੁਆ ਦਿੰਦੀ ਹਾਂ। ਮੇਰੇ ਦੋਸਤ ਬਜ਼ੁਰਗੋ, ਪਤਾ ਚੱਲਿਆ ਕਿ ਮੌਤ ਨੂੰ ਯਾਦ ਕਰਨ ਨਾਲ ਦਿਲ ਕੀ ਹੁੰਦੇ ਨੇ? ਨਰਮ ਹੁੰਦੇ ਨੇ। ਇਸ ਵਾਸਤੇ ਕਫੈਦ ਸ਼ਹਿਦ ਰਹਿਮਤੁਲਾ ਲੈ ਆਪ ਫਰਮਾਉਂਦੇ ਜਿਹੜੇ ਨਾ ਤੇਰੇ ਅੰਦਰ ਅਗਰ ਮਗਰੂਰੀ ਆ ਜਾਏ ਤੇ ਇਹ ਤੇਰੇ ਮਗਰੂਰੀ ਕੰਮ ਨਹੀਂ ਹੁੰਦੀ। ਜੋ ਵੀ ਆ ਜਾਏ ਦੁਨੀਆਂ ਦੇ ਮਗਰੂਰੀ ਵਾਲੀ ਚੀਜ਼ ਆ ਜਾਏ
ਸੋਨਾ ਆ ਜਾ ਚਾਂਦੀ ਆ ਜਾ ਬੋਸ ਕੀ ਆ ਜਾ ਅਤਲਸ ਉਹ ਕਮ ਖਾਬ ਕੀ ਪੋਸ਼ਾਕ ਤੇ ਨਾਜ਼ਾ ਨਾ ਹੋ ਤੇ ਅਤਲਸ ਜਿਹੜਾ ਨਾ ਇਹ ਕੱਪੜੇ ਦੀ ਕਿਸਮ ਹੈ ਔਰ ਆਲਾ ਕੁਆਲਿਟੀ ਦਾ ਜਿਹੜਾ ਕੱਪੜਾ ਬੋਸ ਕੀ ਤੋਂ ਵੀ ਉੱਤੇ ਇਹਨੂੰ ਆਖਿਆ ਜਾਂਦਾ ਅਤਲਸ ਔਰ ਜਿਹਨੂੰ ਜਿਸ ਬੰਦੇ ਪਾਇਆ ਹੋਇਆ ਨਾ ਇਹ ਉਸ ਦੌਰ ਵਿੱਚ ਆਈ ਨਬੀ ਅਲੈਹਿਸਲਾਮ ਦੇ ਦੌਰ ਵਿੱਚ ਜ਼ਿਆਦਾਤਰ ਕੁਫਾਰ ਲੋਕ ਇਹ ਕੱਪੜਾ ਪਾਉਂਦੇ ਸਨ ਮਗਰੂਰੀ ਵਾਸਤੇ ਅਤੇ ਅੱਜ ਵੀ ਜਦੋਂ ਸਾਡਾ ਹਿਸਾਬ ਆਪਣਾ ਵੇਖ ਵੀ ਜੈਸਾ ਜਿਸ ਬੰਦੇ ਬੋਸ ਕੀ ਲੱਠਾ ਪਾਇਆ ਹੋਵੇ ਨਾ ਕੋਈ ਬੜੇ ਨਾ ਸਮਝਦਾ ਮੈਂ ਬੜੀ ਸ਼ੈ ਬਣ ਗਿਆ ਹੈ ਕਿ ਨਹੀਂ ਸੋਨਾ ਪਾਇਆ ਹੋਵੇ ਮੈਂ ਬੜੀ ਸ਼ੈ ਬਣ ਗਿਆ ਮਗਰੂਰੀ ਆ ਜਾਂਦੀ ਆਕੜ ਆ ਜਾਂਦੀ ਇਸ ਵਾਸਤੇ ਆਪਣੇ ਮਾਤਰਨਾ ਫਰਮਾਉਂਦੇ ਨੇ ਇਹਦੇ ਉੱਤੇ ਨਾਜ਼ਾ ਨਾ ਹੋ ਫਖਰ ਨਾ ਕਰ ਕਿਉਂ ਇਸ ਵਾਸਤੇ ਜਦੋਂ ਤੂੰ ਮਰਨਾ ਨਾ ਦੁਨੀਆਂ ਤੋਂ ਜਾਣਾ ਤੂੰ ਦੁਨੀਆਂ ਤੋਂ ਜਾਣਾ ਹੋਵੇ ਤੇਰੇ ਤੋਂ ਹੋਵੇ ਹਰ ਸ਼ਹਿ ਸਾਰੀਆਂ ਲਾ ਲੈਣਾ ਜੇ ਤੂੰ ਸੋਨਾ ਪਾਇਆ ਉਹ ਵੀ ਲਾ ਲੈਣਾ ਕਿਸੇ ਜੇ ਤੂੰ ਭਾਵੇਂ ਚੰਗਾ ਕੁੱਤਾ ਪਾਇਆ ਉਹ ਵੀ ਲਾ ਲੈਣਾ ਹੁਣ ਸੀਤ ਤੈਨੂੰ ਦੇਣਾ ਹੁਣ ਸੀਤ ਲੱਭਣਾ ਅੱਜ ਤੋਂ ਮੈਂ ਡਬਲ ਸਲਾਈਟ ਮੈਂ ਪਾਉਣਾ ਮੈਂ ਫਲਾਣੇ ਨੂੰ ਰੇਸ਼ਮੀ ਕੱਪੜਾ ਧਾਗਾ ਪਾਉਣਾ ਮੈਂ ਫਲਾਣਾ ਪਾਉਣਾ ਫਲਾਹ ਪਾਉਣਾ ਉੱਥੇ ਹਰ ਸ਼ਹਿ ਖਤਮ ਹੋ ਜਾਣੀ ਇਹ ਸਾਰੀਆਂ ਲਾ ਲੈਣੀ ਤੈਨੂੰ ਇੱਕ ਹਨਸੀਤ ਜਿੰਨੀਆਂ ਤੰਦੂਰੀਆਂ ਲਮਕ ਨਹੀਂ ਆਉਣੀਆਂ ਉਹ ਤੇ ਲਿਬਾਸ ਪਾਉਣਾ ਇਸ ਵਾਸਤੇ ਇੱਥੇ ਹੀ ਆਪਣੀ ਮਗਰੂਰੀ ਜਿਹੜੀ ਆ ਨਾ ਇਹ ਖਤਮ ਕਰ ਦੇ ਆਪਣੇ ਰੱਬ ਨੂੰ ਰਾਜ਼ੀ ਕਰ ਇਹ ਆਕੜ ਚੁਦਰਾਟ ਇਹਨੂੰ ਖਤਮ ਕਰ ਆਪਣੇ ਦਿਲ ਦੇ ਵਿੱਚ ਨਰਮੀ ਪੈਦਾ ਕਰ ਪਿਆਰ ਲਿਆ ਆਪਣੀ ਮੌਤ ਨੂੰ ਯਾਦ ਕੀਤਾ ਕਰ ਅਕਸਰ ਯਾਦ ਕੀਤਾ ਕਰ ਕਸਰਤ ਨਾਲ ਯਾਦ ਕੀਤਾ ਕਰ ਜਿਸ ਤਰ੍ਹਾਂ ਸਰਕਾਰ ਨੇ ਫਰਮਾਇਆ ਕਿ ਆਪਣੀ ਮੌਤ ਨੂੰ ਕਸਰਤ ਨਾਲ ਯਾਦ ਕੀਤਾ ਕਰ ਤਾਂ ਕਿ ਤੁਹਾਡੀਆਂ ਜਿਹੜੀਆਂ ਲਜ਼ਤਾਂ ਨੇ ਨਾ ਤੁਹਾਡੀਆਂ ਖਾਹਿਸ਼ਾਂ ਇਹ ਖਤਮ ਹੋਣ ਇਹ ਮਿਟ ਜਾਣ ਤੇ ਜਿਹੜਾ ਮਾੜਾ ਹੋਵੇ ਉਹ ਵੀ ਤੇਰੀ ਨਜ਼ਰਾਂ ਵਿੱਚ ਹਾਜ਼ਰ ਬਣ ਜਾਂਦਾ ਮਾੜੇ ਮਾੜਾ ਨਾ ਰੱਖੀ ਤੇ ਜਦੋਂ ਮਾੜੇ ਮਾੜਾ ਨਹੀਂ ਨਾ ਸਮਝਣਾ ਉਹਨੂੰ ਸਮਝਣਾ ਵੀ ਮੇਰਾ ਰੱਬ ਮੇਰੇ ਦਾਸ ਹੈ ਇਹ ਉਹਦਾ ਇਨਾਮ ਹੈ ਔਰ ਇਹ ਮੌਤ ਹਜ਼ਰਤ ਹਬਾਨ ਰਜ਼ੀ ਅੱਲਾਹ ਤਾਲਾ ਨੂੰ ਹਬਾਨ ਬਿਨ ਅਸਵਦ ਰਜ਼ੀ ਅੱਲਾਹ ਤਾਲਾ ਨੂੰ ਬਿਆਨ ਫਰਮਾਉਂਦੇ ਨੇ ਕਿ ਮੌਤ ਜਿਹੜੀ ਹੈ ਇਹ ਇੱਕ ਪੁਲ ਹੈ ਕੀ ਹੈ ਪੁਲ ਦੋ ਦੋਸਤਾਂ ਨੂੰ ਮਿਲਾਉਣ ਦਾ ਜ਼ਰੀਆ ਹੈ ਮੌਤ ਦੋ ਦੋਸਤਾਂ ਨੂੰ ਦੋ ਦੁਸ਼ਮਣਾਂ ਨਹੀਂ ਦੋ ਦੋਸਤ ਮਿਲਾਉਣ ਦਾ ਜ਼ਰੀਆ ਹੈ ਕਿਹੜੇ ਦੋਸਤ ਹੋਵੇ ਇੱਕ ਬੰਦਾ ਤੇ ਇੱਕ ਰੱਬ ਇਹ ਦੋਵੇਂ ਦੋਸਤ ਨੇ ਆਪੇ ਚ ਲੇਕਿਨ ਦੋਸਤ ਉਸ ਵੇਲੇ ਬਣਦੇ ਨੇ ਜਦੋਂ ਉਹਦਾ ਹੁਕਮ ਮੰਨ ਲਵੇ ਇਨਸਾਨ ਉਹਦਾ ਹੁਕਮ ਮੰਨ ਲਵੇ ਉਹਦਾ ਹੁਕਮ ਮੰਨ ਕੇ ਤੇ ਮੌਤ ਨੂੰ ਯਾਦ ਕਰੇ ਕਬਰ ਨੂੰ ਯਾਦ ਕਰੇ ਆਪਣੇ ਅਜਰ ਨੂੰ ਯਾਦ ਕਰੇ ਆਪਣੇ ਸੋਹਣੇ ਲਾਜਪਾਲ ਅਕਾਲਾਮ ਦੀ ਦੱਸੀ ਤਾਲੀਮ ਦੇ ਉੱਤੇ ਅਮਲ ਕਰੇ ਉਹਨਾਂ ਫਿਰ ਉਹਦਾ ਦੋਸਤ ਬਣਦਾ ਤੇ ਜਦੋਂ ਉਹਦਾ ਦੋਸਤ ਬਣ ਜਾਏ ਫਿਰ ਉਹ ਕੀ ਯਾਦ ਹੈ ਦੋਸਤ ਨੇ ਨਾ ਉਹਨਾਂ ਨੂੰ ਡਰ ਖੌਫ ਕੋ ਨਹੀਂ ਰਿਹਾ ਨਾ ਇੱਥੇ ਦੁਨੀਆਂ ਤੇ ਹੋਣਾ ਤਾਂ ਹੀ ਅੱਗੇ ਜਾ ਕੇ ਹੋਣਾ ਇਸ ਵਾਸਤੇ ਉਹਦੇ ਦੋਸਤ ਸਭ ਬਣਨਾ ਕੀ ਕਰਨਾ ਦੋਸਤ ਬਣਨਾ ਤੇ ਦੋਸਤ ਬਣਨ ਵਾਸਤੇ ਕੀ ਚਾਹੀਦਾ ਬੋਲੋ ਮੌਤ ਨੂੰ ਯਾਦ ਕਰਨਾ ਤੇ ਮੌਤ ਨੂੰ ਯਾਦ ਕਰਨ ਦਾ ਮੇਨ ਜ਼ਰੀਆ ਕੀ ਹੈ ਕੀ ਗਰਮੀ ਅੱਛਾ ਗਰਮੀ ਮੌਤ ਨੂੰ ਯਾਦ ਕਰਨ ਦਾ ਜ਼ਰੀਆ ਖੌਫੇ ਖੁਦਾ ਨਰਮੀ ਖੌਫੇ ਖੁਦਾ ਦਿਲ ਦੇ ਖੌਫੇ ਖੁਦਾ ਪੈਦਾ ਕਰਕੇ ਉਹਦੇ ਅੱਗੇ ਝੁਕ ਗਿਆ ਉਹਦੇ ਅੱਗੇ ਝੁਕ ਗਿਆ ਤੇ ਅਹਿਸਾਸ ਪੈਦਾ ਹੋ ਗਿਆ ਜਦੋਂ ਆਪਣੇ ਗੁਨਾਹ ਵਾਸਤੇ ਤੂੰ ਰੋਣ ਲੱਗ ਪਿਆ ਫਿਰ ਸਮਝਦੇ ਤੇਰੇ ਤੇ ਰੱਬ ਰਾਜ਼ੀ ਹੋ ਗਿਆ ਤੇਰੇ ਰੱਬ ਨੇ ਆਪਣਾ ਯਾਰ ਬਣਾ ਲਿਆ ਰੱਬ ਦੇ ਯਾਰਾਂ ਦੇ ਰਿਸ਼ਤੇ ਤੇਰਾ ਨਾਮ ਲਿਖੀ ਗਿਆ ਰਿਸ਼ਤੇ ਨਾਂ ਲਿਖਾਣਾ ਤੇ ਫਿਰ ਇੰਜ ਉਹਨਾਂ ਨੇ ਲਿਖਣਾ ਔਰ ਅੱਲਾਹ ਵਾਲੇ ਜਿਹੜੇ ਲੋਕ ਹੁੰਦੇ ਨੇ ਜਿਹੜੇ ਅੱਲਾਹ ਦੇ ਲੋਕ ਨੇ ਅਸੀਂ ਤਾਂ ਮੌਤ ਤੋਂ ਨਸਨੇ ਹਾਂ ਮੈਂ ਵੀ ਤੁਸੀਂ ਵੀ ਸ਼ਾਇਦ ਤੁਸੀਂ ਨਾ ਨਸਦੇ ਹੋਗੇ ਮੈਂ ਤਾਂ ਕੋਈ ਗਾਰ ਇਨਸਾਨ ਹਾਂ ਲੇਕਿਨ
ਜਿਹੜੇ ਅੱਲਾਹ ਦੇ ਲੋਕ ਨੇ, ਜਿਹੜੇ ਅੱਲਾਹ ਦੇ ਬੰਦੇ ਨੇ, ਅੱਲਾਹ ਦੇ ਯਾਰ ਨੇ, ਉਹ ਮੌਤ ਤੋਂ ਨਸਦੇ ਨਹੀਂ, ਬਲਕਿ ਉਹ ਮੌਤ ਦੇ ਮੁਸ਼ਤਾਕ, ਉਹ ਇਹ ਚਾਹੁੰਦੇ ਨੇ ਕਿ ਸਾਡੇ ਮੌਤ ਆਵੇ। ਹਜ਼ਰਤ ਅਬਦੁੱਲਾ ਬਿਨ ਉਬੈ ਜ਼ਕਰੀਆ ਰਜ਼ੀ ਅੱਲਾਹ ਤਾਲਾ ਨੂੰ ਫਰਮਾਉਂਦੇ ਨੇ ਕਿ ਜੇ ਅਗਰ ਮੈਨੂੰ ਪਤਾ ਹੋਵੇ ਨਾ ਕਿ ਅੱਲਾਹ ਪਾਕ ਨੇ ਮੈਨੂੰ ਇਖਤਿਆਰ ਦਿੱਤਾ ਹੈ ਕਿ ਤੂੰ ਦੁਨੀਆਂ ਦੇ ਉੱਤੇ 200 ਸਾਲ ਜੀ ਲੈ, ਜਿਹਨਾਂ ਪਸੰਦ ਕਰੇਗਾ ਜਾਂ ਹੁਣ ਹੀ ਦੁਨੀਆਂ ਤੋਂ ਜਾਣਾ ਪਸੰਦ ਕਰੇਗਾ, ਤੇ ਆਪ ਫਰਮਾਉਂਦੇ ਕਿ ਮੈਂ ਦੁਨੀਆਂ ਤੋਂ ਜਾਣਾ ਪਸੰਦ ਕਰਾਂਗਾ, ਦੁਨੀਆਂ ਤੋਂ ਜਾਣਾ ਪਸੰਦ ਕਰਾਂਗਾ। ਇਹ ਅੱਲਾਹ ਵਾਲਾ ਦੀ ਨਿਸ਼ਾਨੀ, ਉਹ ਮੌਤ ਨੂੰ ਆਪਣੇ ਕਰੀਬ ਸਮਝਦੇ ਨੇ, ਮੌਤ ਨੂੰ ਆਪਣਾ ਤੋਹਫਾ ਸਮਝਦੇ ਨੇ, ਉਹਨਾਂ ਵਾਸਤੇ ਜਿਹੜੇ ਨੇ ਤੋਹਫਾ ਮੌਤ। ਇਸ ਵਾਸਤੇ ਮੀਨਾ ਸਾਹਿਬ ਫਰਮਾਉਂਦਾ ਕੀ ਹੋਇਆ ਜਿਵੇਂ ਕੈਦੀ ਹੋਇਆ ਤੇ ਸਦਾ ਨੇ ਕੈਦੀ ਰਹਿਣਾ, ਇੱਕ ਦਿਨ ਮੌਲਾ ਕਰਮ ਕਰੇ ਸੀ ਜਾ ਸਕਦਾ ਮੈਂ ਸਮਝ। ਉਹ ਇਸ ਗੱਲ ਵਿੱਚ ਰਹਿੰਦੇ ਸਿਆਸਤ, ਉਹਨਾਂ ਦੀ ਇਹੀ ਹਸਰਤ ਹੁੰਦੀ ਹੈ ਕਿ ਅਸੀਂ ਜਾ ਕੇ ਆਪਣੇ ਅੱਲਾਹ ਅਤੇ ਅੱਲਾਹ ਰਸੂਲ ਸਿਆਬਾ ਕਰਾਮ ਅਹਿਲ ਬੈਤ ਤਹਾਰ ਉਹਨਾਂ ਦੇ ਕੋਲ ਜਾ ਕੇ ਬਣ ਗਏ, ਜੰਨਤ ਵਿੱਚ ਜਾ ਕੇ ਉਹਨਾਂ ਦੇ ਸੰਗੀ ਹੋ ਗਈ। ਆਖਰੀ ਗੱਲ ਕਰਕੇ ਜਾਂ ਚੰਗਾ ਟਾਈਮ ਤਕਰੀਬਨ ਨਜ਼ਦੀਕ ਹੋ ਗਿਆ ਕਿ ਇੱਕ ਸਰਕਾਰੀ ਬੰਦੇ ਨਾ ਸਲ ਅੱਲਾਹ ਤਾਲਾ ਅਲੈਹ ਵਾਲਿਹ ਵਸੱਲਮ ਅੰਦਰ ਬੜੇ ਪਿਆਰ ਸੇ ਅਭੀ ਹਜ਼ਰਤ ਸੈਨਾ ਅਨਸ ਬਿਨ ਮਾਲਿਕ ਰਜ਼ੀ ਅੱਲਾਹ ਤਾਲਾ ਅਨਹੁ ਆਪ ਰਿਵਾਇਤ ਫਰਮਾਉਂਦੇ ਨੇ ਆਪ ਮਾਲਿਕ ਸਰਕਾਰੀ ਬੰਦੇ ਨਾ ਸਲ ਅੱਲਾਹ ਤਾਲਾ ਅਲੈਹ ਵਾਲਿਹ ਵਸੱਲਮ ਇੱਕ ਦਿਨ ਅਸਮਾਨ ਚੱਲਦੇ ਜਾ ਰਹੇ ਨੇ ਤੇ ਲੋਕੀ ਉਸ ਜਮਾਤੇ ਵਾਲੇ ਜਿਸ ਨੂੰ ਮਿਲਣ ਦੀਆਂ ਤਾਰੀਫਾਂ ਕਰ ਕਰਦੇ ਨੇ ਤਾਰੀਫਾਂ ਕਰ ਕਰਦੇ ਨੇ ਉਹਦੀਆਂ ਛਾਈਆਂ ਪਿਆ ਪੈ ਕਰਦੇ ਤੇ ਲਜਪਾਲ ਆ ਕੇ ਸਲਾਮ ਤਸਲਾਮ ਨੇ ਫਰਮਾਇਆ ਵਾਜਬ ਹੋ ਗਈ ਕੀ ਫਰਮਾਇਆ ਵਾਜਬ ਹੋ ਗਈ। ਕੋਈ ਦਿਨਾਂ ਤੋਂ ਬਾਅਦ ਇੱਕ ਹੋਰ ਜਨਾਜ਼ਾ ਆਇਆ ਉਹਦੇ ਨਾਲ ਸਰਕਾਰ ਚੱਲਦੇ ਜਾ ਰਹੇ ਨੇ ਤੇ ਲੋਕ ਜਿਹੜੇ ਨੇ ਸੁਣੀਆਂ ਵਾਲੇ ਦੀਆਂ ਬੁਰਾਈਆਂ ਦਾ ਬਿਆਨ ਕਰਦੇ ਨੇ ਬੁਰਾਈਆਂ ਕਰਦੇ ਪਏ ਨੇ ਬੁਰਾਈਆਂ ਦੱਸਦੇ ਪਏ ਨੇ ਆਦਰ ਕੇ ਤੇ ਚੁਕਣਾ ਬੁਰਾਈ ਹੈ ਬਲਾ ਬੁਰਾਈ ਤੇ ਸਰਕਾਰ ਫਰਮਾਇਆ ਵਾਜਬ ਹੋ ਗਏ ਇਹਨੇ ਤੇ ਵੀ ਵਾਜਬ ਹੋ ਗਏ। ਮੁਰੀਦੇ ਮੁਸਤਫਾ ਮੁਰਾਦੇ ਮੁਸਤਫਾ ਮੁਰੀਦੇ ਮੁਸਤਫਾ ਮੁਰਾਦੇ ਮੁਸਤਫਾ ਅਜ਼ਰ ਸਈ ਨਾਮ ਨੇ ਫਾਰੂਕ ਰਜ਼ੀ ਅੱਲਾਹ ਤਾਲਾ ਅਨਹੁ ਨੇ ਅੱਲਾਹ ਦੇ ਰਜ਼ੀ ਦੀ ਯਾ ਰਸੂਲ ਅੱਲਾਹ ਸੱਲੱਲਾਹੁ ਅਲੈਹਿ ਵਾਲਿਹਿ ਵਸੱਲਮ ਇਹ ਕੀ ਵਾਜਬ ਹੋ ਗਈ ਕੀ ਵਾਜਬ ਹੋਈ ਹੈ ਤੇ ਲਜਵਾਲਾ ਕਨ ਸਰਾਬ ਸਾਹਮਣੇ ਫਰਮਾਇਆ ਜਿਸ ਦੇ ਨਾਲ ਬੰਦੇ ਚੱਲਦੇ ਜਾ ਰਹੇ ਨੇ ਤੇ ਇਹ ਮੈਂ ਗੱਲਾਂ ਕਰਦੇ ਨੇ ਉਹਦੇ ਮਨ ਵਿੱਚ ਸਮਝਦੇ ਦੇ ਅੰਦਰ ਫਲਾਮ ਹੀ ਚਾਹੀਏ ਫਲਾਮ ਹੀ ਚਾਹੀਏ ਇਹ ਫਲਾਮ ਚੰਗਾ ਕੰਮ ਕਰਦਾ ਸੀ ਫਲਾਮ ਚੰਗਾ ਕੰਮ ਕਰਦਾ ਸੀ ਫਲਾਮ ਚੰਗਾ ਕੰਮ ਕਰਦਾ ਸੀ ਉਹਦੇ ਵਾਸਤੇ ਜਿੱਥੇ ਜੰਨਤ ਵਾਜਬ ਹੋ ਗਈ ਹੈ ਤੇ ਜਿਹਦੀਆਂ ਬੁਰਾਈਆਂ ਹੋ ਰਹੀਆਂ ਸਨ ਲੋਕੀ ਕਹਿ ਰਹੇ ਸਨ ਕਿ ਫਲਾ ਬੁਰਾ ਕੰਮ ਕਰਦਾ ਫਲਾ ਬੁਰਾ ਕੰਮ ਕਰਦਾ ਸੀ ਉਹਦੇ ਤੇ ਜਹਨਮ ਵਾਜਬ ਹੋ ਗਈ ਹੈ। ਇਸ ਵਾਰ ਸੁਣਨਿਆ ਲੋਕੋ ਜਿਹੜਾ ਤੁਹਾਡਾ ਦੁਨੀਆਂ ਤੋਂ ਚਲਾ ਜਾਏ ਉਹਦੀਆਂ ਬੁਰਾਈਆਂ ਬਿਆਨ ਨਾ ਕੀਤਾ ਕਰੋ ਉਹਦੀਆਂ ਚਾਹੀਆਂ ਬਿਆਨ ਕੀਤਾ ਕਰੋ ਉਹਦੀਆਂ ਚਾਹੀਆਂ ਬਿਆਨ ਕੀਤਾ ਕਰੋ ਮਿਹਰਬਾਨੀ ਕੀਤਾ ਕਰੋ ਦੁਨੀਆਂ ਤੇ ਤੁਹਾਨੂੰ ਜੋ ਕੁਝ ਉਹਨਾਂ ਕਰਦੇ ਰਹੇ ਹੋ ਉਹ ਤੇ ਕਰਦੇ ਰਹੇ ਹੋ ਔਰ ਜੋ ਮਾਫੀ ਮੰਗ ਰਹੇ ਹੋ ਆਪਣੇ ਰੱਬ ਨੂੰ ਮਾਫੀ ਮੰਗ ਲਓ ਤੇ ਜਦ ਦੁਨੀਆਂ ਤੇ ਚਲਾ ਗਏ ਹੁਣ ਤੁਹਾਨੂੰ ਚਾਹਦੇ ਹੋ ਹੁਣ ਦੁਨੀਆਂ ਚਾਹੀਆਂ ਬਿਆਨ ਕਰੋ ਉਹਦੇ ਨਾਲ ਪਿਆਰ ਕਰੋ ਕਿਉਂਕਿ ਸਰਕਾਰ ਜਾਣਦੇ ਨੇ ਕਿ ਜਦ ਜੋ ਕੁਝ ਦੁਨੀਆਂ ਤੇ ਜਿਹਦੇ ਨਾਲ ਕਰੋਗੇ ਉਹ ਹੀ ਉਹਨਾਂ ਨੂੰ ਚੜ੍ਹਦੇ ਹੋ ਜਦ ਤੁਹਾਡੀ ਖੁਦੀ ਗਵਾਹ ਬਣ ਜਾਓਗੇ ਜਿਹੜਾ ਗਵਾਹੀ ਅੱਛੀ ਦੇਵੇਗਾ ਉਹਦੀ ਗਵਾਹੀ ਕਬੂਲ ਕੀਤੀ ਜਾਵੇਗੀ ਜਿਹੜਾ ਬੁਰੀ ਗਵਾਹੀ ਦੇਵੇਗਾ ਉਹ ਵੀ ਕਬੂਲ ਕੀਤੀ ਜਾਵੇਗੀ। ਇਸ ਵਾਸਤੇ ਸ਼ਹਿਰਾਂ ਦੇ ਜੋ ਹੋ ਚੁੱਕਾ ਹੈ ਜੋ ਦੇ ਹੈ
اللہ پاک سبحانہ و تعالی ہمیں توفیق عطا فرمائے۔ اللہ اکبر۔